ਮੈਂ ਜੀ ਅਸ਼ਵਿਨ ਬੱਤਰਾ ਗੁਜਰ ਕਰਾਟੇ ਫੈਡਰੇਸ਼ਨ ਬਾਂਗਲਾਦੇਸ਼ ਵਿਖੇ ਮੈਚ ਹੋਏ ਸੀ ਜਿਹੜੇ ਇੰਟਰਨੈਸ਼ਨਲ ਮੈਚ ਸੀ ਉੱਥੇ ਮੇਰਾ ਬ੍ਰੌਂਜ਼ ਮੈਡਲ ਆਇਆ ਉੱਥੇ 6 ਟੀਮਾਂ ਆਈਆਂ ਸੀ 6 ਮਤਲਬ ਕੰਟਰੀਜ਼ ਸੀ ਭੂਟਾਨ ਨੇਪਾਲ ਜ਼ਿੰਬਾਬਵੇ ਅਤੇ ਬਾਂਗਲਾਦੇਸ਼ ਅਤੇ ਇੰਡੀਆ ਅਤੇ ਸ਼੍ਰੀਲੰਕਾ ਅਤੇ ਉੱਥੇ ਮਤਲਬ 10 ਬੰਦੇ ਸੀ ਮੇਰੀ ਕੈਟੇਗਰੀ ਦੇ ਅਤੇ ਮੈਂ ਸੈਮੀਫਾਈਨਲ 'ਚ ਬ੍ਰੌਂਜ਼ ਮੈਡਲ ਦੀ ਪ੍ਰਾਪਤ ਕੀਤੀ। ਇਹ ਜਿਹੜਾ ਬ੍ਰੌਂਜ਼ ਮੈਡਲ ਤੁਹਾਨੂੰ ਮਿਲਿਆ ਹੈ ਕਿੰਨਾ ਕੁ ਖੁਸ਼ੀ ਮਹਿਸੂਸ ਕਰ ਰਹੇ ਹੋ ਔਰ ਫੈਮਿਲੀ ਦੇ ਵਿੱਚ ਆ ਕੇ ਕਿੰਨਾ ਮਾਣ ਮਹਿਸੂਸ ਹੋ ਰਿਹਾ ਤੁਹਾਨੂੰ? ਇਹ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ, ਫੈਮਿਲੀ ਵਾਲੇ ਸਾਰੇ ਬਹੁਤ ਖੁਸ਼ ਹੈ, ਬਹੁਤ ਮਤਲਬ ਕਿ ਮਾਣ ਹੈ ਸਾਰਿਆਂ ਨੂੰ ਮੇਰੇ 'ਤੇ। ਕਿੰਨੇ ਕੁ ਜਿਹੜੀ ਮਿਹਨਤ ਕਰਨੀ ਪਈ ਜਿਹੜੀ ਇਸ ਮੁਕਾਮ ਹਾਸਲ ਕਰਨ? ਇਹ ਮੁਕਾਮ ਹਾਸਲ ਕਰਨ ਵਾਸਤੇ 3 ਸਾਲ ਦੀ ਮਿਹਨਤ ਲੱਗਦੀ ਹੈ ਅਤੇ ਬਹੁਤ ਮਤਲਬ ਕਿ ਸਟੱਡੀ ਔਰ ਗੇਮ ਨੂੰ ਕਿਵੇਂ ਬੈਲੈਂਸ ਕਰਦੇ ਹੋ ਤੁਸੀਂ ਸਕੂਲ ਦੇ ਵਿੱਚ? ਸਟੱਡੀ ਔਰ ਗੇਮ ਨੂੰ ਬੈਲੈਂਸ ਕਰਨਾ ਪੈਂਦਾ, ਮਤਲਬ ਕਿ ਸਕੂਲ ਦੇ ਬਾਅਦ ਹੀ ਤੁਰੰਤ ਹੀ ਮੇਰੇ ਕੋਚ ਸਰ ਮੈਨੂੰ ਪ੍ਰੈਕਟਿਸ ਕਰਾਉਂਦੇ ਆ 1.5-2 ਘੰਟੇ ਦੀ, ਤਾਂ ਕਰਕੇ ਮਤਲਬ ਬੈਲੈਂਸ ਹੋ ਜਾਂਦਾ। ਫਿਰ ਪਹਿਲਾਂ ਕਰਾਟੇ ਹੀ ਗੇਮ ਕਿਉਂ ਸੋਚੀ ਤੁਸੀਂ ਵੀ ਕਰਾਟੇ 'ਚ ਹੀ ਮੈਂ ਅੱਗੇ ਜਾਣਾ? ਕਰਾਟੇ ਗੇਮ ਤਾਂ ਕਰਕੇ ਸੋਚੀ ਕਿਉਂਕਿ ਉਹਦੇ 'ਚ ਬੈਨੀਫਿਟ ਆਪਦਾ, ਸੈਲਫ ਡਿਫੈਂਸ ਵਾਸਤੇ ਵੀ ਰਹਿ ਜਾਂਦਾ ਕਈ, ਅਤੇ ਬਾਅਦ 'ਚੋਂ ਮਤਲਬ ਕਿ ਦੋਵੇਂ ਚੀਜ਼ਾਂ ਵਾਸਤੇ, ਅਤੇ ਅੱਗੇ ਵੀ ਅੱਗੇ ਮਤਲਬ ਕਿ ਸਾਰਿਆਂ ਨੂੰ ਜਾਗਰੂਕ ਕਰਨਾ ਹੈ ਕਿ ਇਹ ਗੇਮ ਬਹੁਤ ਵਧੀਆ ਹੈ। ਤੁਸੀਂ ਖੇਡ ਕੇ ਆਏ ਹੋ, ਹੁਣ ਅੱਗੇ ਦਾ ਕੀ ਪਲਾਨ ਹੈ, ਅੱਗੇ ਕਿਹੜੀ ਗੇਮਸ ਦੇ ਵਿੱਚ ਮਤਲਬ ਕਿਹੜੇ ਕੰਪੀਟੀਸ਼ਨ 'ਚ ਜਾਣਾ ਚਾਹੋਗੇ? ਹੁਣ ਅੱਗੇ ਹੋਣਗੇ ਕੀ ਤਿਆਰੀ ਕਰ ਰਹੇ ਹੋ? ਉਹਨਾਂ ਵਾਸਤੇ ਬਹੁਤ ਤਿਆਰੀ ਕਰਨੀ ਪਊਗੀ, ਤਾਂ ਕਰਕੇ ਮਤਲਬ ਕਿ ਅੱਗੇ ਜਾ ਸਕਦੇ ਏਸ਼ੀਅਨ ਗੇਮਸ ਜਾਣ ਦੀ ਕੋਸ਼ਿਸ਼। ਸਟੱਡੀ ਕਿਹੜੀ ਕਲਾਸ 'ਚ ਕਰ ਰਹੇ ਹੋ? ਮੈਂ 10th ਕਲਾਸ 'ਚ ਸਟੱਡੀ ਕਰ ਰਿਹਾ। ਪੇਰੈਂਟਸ ਦਾ ਸਪੋਰਟਸ ਕਿੰਨਾ ਸੀ? ਪੇਰੈਂਟਸ ਦਾ ਪੂਰਾ ਸਪੋਰਟ ਸੀ, ਤਾਂ ਕਰਕੇ ਇੰਨੀ ਮਤਲਬ ਮੁਕਾਮ 'ਤੇ। ਜਿਹੜੀ ਗੱਲ ਕੀਤੀ ਜਾਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਤਾਂ ਕਿਹਾ ਜਾਂਦਾ ਕਿ ਨਸ਼ੇੜੀ ਹੈ, ਤੁਹਾਨੂੰ ਕੀ ਲੱਗਦਾ ਪੰਜਾਬ ਵਿੱਚ ਨਸ਼ਾ ਹੈ ਜਿਸ ਤਰ੍ਹਾਂ ਤੁਸੀਂ? ਹਾਂਜੀ, ਅੱਜ ਕੱਲ੍ਹ ਬਹੁਤ ਨਸ਼ਾ, ਤਾਂ ਕਰਕੇ ਕਹਿ ਰਹੇ ਹਾਂ ਕਿ ਸਾਨੂੰ ਮਤਲਬ ਕਿ ਸਪੋਰਟਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਤਾਂ ਕਰਕੇ ਮਤਲਬ ਲੋਕ ਨਸ਼ੇ ਤੋਂ ਦੂਰ ਰਹਿਣ। ਕਿੰਨਾ ਚਿਰ ਪ੍ਰੈਕਟਿਸ ਕਰਦੇ ਹੋ ਤੁਸੀਂ ਡੇਲੀ? ਡੇਲੀ 2-2.5 ਘੰਟੇ ਦੀ ਪ੍ਰੈਕਟਿਸ ਹੁੰਦੀ ਹੈ। ਹਾਂ, ਪ੍ਰਭਜੀਤ ਸਿੰਘ ਸਿੱਧੂ ਹੈ ਜੀ, ਮੈਂ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿੱਚ ਕਰਾਟੇ ਕੋਚ ਹਾਂ ਜੀ। ਅਤੇ ਅਸ਼ਵਿਨ ਨੂੰ ਕਿੰਨੀ ਕੁ ਮਿਹਨਤ ਲੱਗੀ ਜੀ ਕੋਚਿੰਗ ਦੇਣ 'ਚ ਔਰ ਕਿੰਨਾ ਟਾਈਮ ਪ੍ਰੈਕਟਿਸ ਕਰਾਉਂਦੇ ਸੀ, ਔਰ ਜੋ ਅੱਜ ਬ੍ਰੌਂਜ਼ ਮੈਡਲ ਹਾਸਲ ਹੋਇਆ ਉਸ ਤੋਂ ਬਾਅਦ ਤੁਹਾਡਾ ਕੀ ਕਹਿਣਾ, ਕੀ ਮਨ ਦੇ ਵਿੱਚ ਆ ਰਿਹਾ? ਸਰ, ਮਿਹਨਤ ਬਹੁਤ ਲੱਗਦੀ ਹੈ ਜੀ ਸਪੋਰਟਸ ਦੇ ਵਿੱਚ, ਪਸੀਨਾ ਵਹਾਉਣਾ ਪੈਂਦਾ। ਜਿਹੜੇ ਬੱਚੇ ਦੇ ਕੋਚ ਮਿਹਨਤ ਕਰਦੇ ਆ, ਰਲ ਕੇ ਨਾਲ ਫੈਮਿਲੀ ਨਾਲ ਸਕੂਲ ਦਾ ਸਹਿਯੋਗ ਹੁੰਦਾ, ਸਾਰਿਆਂ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਬੱਚਾ ਮਿਹਨਤ ਕਰਦਾ ਫਿਰ ਉਹ ਇਸ ਮੁਕਾਮ 'ਤੇ ਪਹੁੰਚਦਾ ਅਤੇ ਮੈਡਲ ਹਾਸਲ ਕਰਦਾ। ਇੱਕ ਕਰਾਟੇ ਗੇਮ ਦੇ ਵਿੱਚ ਤੁਸੀਂ ਅਸ਼ਵਿਨ ਨੂੰ ਕੋਚਿੰਗ ਦਿੱਤੀ ਹੈ, ਕਿੰਨਾ ਸਮਾਂ ਲੱਗਿਆ ਔਰ ਕਿੰਨੀ ਪ੍ਰੈਕਟਿਸ ਡੇਲੀ ਹੁੰਦੀ ਸੀ? ਡੇਲੀ ਜੀ ਸੁਬਹਾ ਵਿੱਚ ਕਈ ਵਾਰ ਸੈਸ਼ਨ ਲੱਗਦੀ, ਸ਼ਾਮ ਨੂੰ ਡੇਲੀ ਸੈਸ਼ਨ ਲੱਗਦਾ, ਮਿਹਨਤ ਬਹੁਤ ਕਰਾਉਣੀ ਪੈਂਦੀ। 2 ਘੰਟੇ ਸ਼ਾਮ ਨੂੰ ਹੁੰਦੇ ਆ ਜੀ, ਅਤੇ ਜਦੋਂ ਅਸ਼ਵਿਨ ਦਾ ਇੱਥੋਂ ਨੈਸ਼ਨਲ ਤੋਂ ਮੈਡਲ ਆਇਆ ਸੀ ਉਸ ਤੋਂ ਬਾਅਦ 3 ਘੰਟੇ 4 ਘੰਟੇ ਵੀ, ਔਰ ਜਦੋਂ ਵੀ ਸਾਨੂੰ ਟਾਈਮ ਮਿਲਦਾ ਸੀ ਅਸੀਂ ਮਿਹਨਤ ਕਰਦੇ ਸੀਗੇ, ਜਿਹਦਾ ਨਤੀਜਾ ਇਹ ਮੈਡਲ ਹਾਸਲ ਕੀਤੇ। ਖੁਰਾਕ ਦਾ ਵੀ ਕੋਈ ਹੁੰਦਾ ਕਿਸੇ ਤਰ੍ਹਾਂ ਦੇ? ਹਾਂਜੀ, ਬੈਲੈਂਸ ਡਾਇਟ ਹੁੰਦੀ ਹੈ ਜੀ, ਬੈਲੈਂਸ ਡਾਇਟ ਬਣਾ ਕੇ ਡਾਇਟ ਚਾਰਟ ਦੇਈਦਾ ਬੱਚਿਆਂ ਨੂੰ ਬਣਾ ਕੇ, ਸਪੋਰਟ ਦਾ ਹਰ ਚੀਜ਼ ਦੱਸਣੀ ਪੈਂਦੀ ਹੈ, ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ ਪੈਂਦਾ, ਤਾਂ ਹੀ ਇਸ ਮੁਕਾਮ 'ਤੇ ਪਹੁੰਚਿਆ ਜਾਂਦਾ। ਕਰਾਟੇ ਦੇ ਪਲੇਅਰ ਲਈ ਕੀ ਡਾਇਟ ਹੁੰਦੀ ਹੈ, ਅਸ਼ਵਿਨ ਦੀ ਕੀ ਡਾਇਟ? ਸਰ, ਕਰਾਟੇ ਦੇ ਪਲੇਅਰ ਲਈ ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ ਜੀ। ਅਸ਼ਵਿਨ ਦਾ ਪਹਿਲਾਂ ਵੇਟ ਬਹੁਤ ਜ਼ਿਆਦਾ ਸੀਗਾ ਜੀ, ਵੇਟ ਘਟਾਇਆ, ਡਾਇਟ ਪਲੈਨ ਦਿੱਤਾ ਜੀ, ਵੇਟ ਘਟਣ ਤੋਂ ਬਾਅਦ ਫਿਰ ਇਸ ਮੁਕਾਮ 'ਤੇ ਪਹੁੰਚਿਆ, ਫਲੈਕਸੀਬਿਲਿਟੀ ਲਿਆਂਦੀ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਅਸ਼ਵਿਨ ਨੇ ਜਿਹੜਾ ਪੰਜਾਬ ਦਾ ਨਾਮ, ਇੰਡੀਆ ਨਾਮ ਰੋਸ਼ਨ ਕੀਤਾ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਮੇਰਾ ਬੱਚਾ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ, ਸਾਡੀ ਜਿਹੜੀ ਮਿਹਨਤ ਹੈ ਪਰਮਾਤਮਾ ਨੇ ਝੋਲੀ ਪਾਈ ਹੈ। ਕੰਪੀਟੀਸ਼ਨ ਕਿੰਨਾ ਟਫ ਸੀਗਾ, ਕਿਹੜੀ ਕਿਹੜੀ ਟੀਮਸ ਉੱਥੇ ਪਾਰਟੀਸਪੇਟ ਕੀਤੀਆਂ, ਕਿਹੜੀ ਕਿਹੜੀ ਕੰਟਰੀਜ਼ ਦੇ ਉੱਥੇ ਪਲੇਅਰਸ ਪਹੁੰਚੇ ਹੋਏ ਸੀ?
ਸਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕੰਪੀਟੀਸ਼ਨ ਬਹੁਤ ਜ਼ਿਆਦਾ ਹਿਊਜ ਟਫ ਹੁੰਦਾ। ਇਹ ਪਹਿਲਾਂ ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਸੀ, ਉੱਥੋਂ ਗੋਲਡ ਮੈਡਲ ਹਾਸਲ ਕੀਤਾ ਅਸ਼ਵਿਨ ਨੇ, ਫਿਰ ਨੈਸ਼ਨਲ ਲੈਵਲ ਤੋਂ ਮੈਡਲ ਹਾਸਲ ਕਰਕੇ ਇੰਟਰਨੈਸ਼ਨਲ ਲੈਵਲ ਤੇ ਸਿਲੈਕਸ਼ਨ ਹੋਈ, ਫਿਰ ਇੰਟਰਨੈਸ਼ਨਲ ਲੈਵਲ ਤੇ ਗਏ, ਨਾਲ ਰਜਿੰਦਰ ਸਰ ਗਏ ਸੀਗੇ, ਇਹਨਾਂ ਦੀ ਅਗਵਾਈ ਹੇਠ ਟੀਮ ਗਈ ਸੀਗੀ ਤੇ ਮੈਡਲ ਹਾਸਲ ਕਰਕੇ ਪੰਜਾਬ ਦਾ, ਇਲਾਕੇ ਦਾ, ਇੰਡੀਆ ਦਾ ਨਾਮ ਰੋਸ਼ਨ ਕੀਤਾ। ਮੈਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਮੇਰੇ ਬੱਚੇ 'ਤੇ। ਥੈਂਕ ਯੂ ਜੀ।